ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਫੇਸਬੁੱਕ ਤੇ ਇੱਕ ਵੀਡੀਓ ਦੇਖਣ ਨੂੰ ਮਿਲੀ ਹੈ, ਜਿਸ ਵਿੱਚ ਸਾਡੇ ਸੰਪਰਦਾਇਕ ਵੀਰਾਂ ਨੇ ਰਾਗਮਾਲਾ ਬਾਰੇ ਅਤੇ ਮੁੰਦਾਵਣੀ ਬਾਰੇ ਵਿਚਾਰ ਕੀਤੇ ਹਨ। ਸੋ ਉਹਨਾਂ ਦੇ ਜਵਾਬ ਵਿੱਚ ਅਸੀਂ ਆਪਣੇ ਵਿਚਾਰ ਪੇਸ਼ ਕਰ ਰਹੇ ਹਾਂ ਜੀ। ਹਾਲੇ ਅਸੀਂ ਰਾਗਮਾਲਾ ਬਾਰੇ ਸਿੱਧੇ ਤੌਰ ਤੇ ਕੁਝ ਨਹੀਂ ਕਹਿਣ ਲੱਗੇ ਅਤੇ ਕੇਵਲ ਮੁੰਦਾਵਣੀ ਬਾਰੇ ਵਿਚਾਰ ਕਰਨੀ ਆ। ਮੁੰਦਾਵਣੀ ਅਤੇ ਮੁਦਾਵਣੀ ਦੋ ਅਲੱਗ ਸ਼ਬਦ ਹਨ। ਮੁਦਾਵਣੀ ਸ਼ਬਦ ਦੋ ਵਾਰ ਗੁਰਬਾਣੀ ਵਿੱਚ ਆਇਆ ਹੈ ਅਤੇ ਇੱਕ ਹੀ ਸਲੋਕ ਵਿੱਚ ਸੋਲਠਕੀ ਵਾਰ ਵਿੱਚ ਆਇਆ ਹੈ। ਇਹ ਸਲੋਕ ਤੀਜੇ ਪਾਤਸ਼ਾਹ ਜੀ ਦਾ ਹੈ। ਹੁਣ ਮੁੰਦਾਵਣੀ ਵਾਲਾ ਸ਼ਬਦ ਆ ਜੋ ਕਿ ਸਿਰਫ ਇੱਕ ਵਾਰੀ ਵਰਤਿਆ ਗਿਆ, ਉਹ ਸਿਰਲੇਖ ਵਿੱਚ ਮੁੰਦਾਵਣੀ ਮਹੱਲਾ ਪੰਜਵਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ 'ਤੇ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਿਆ ਹੈ। ਇਹਨਾਂ ਦੋਨਾਂ ਸ਼ਬਦਾਂ ਵਿੱਚ ਅਲੱਗ ਅਲੱਗ ਵਖਰੇਵੇਂ ਹਨ। ਮੁਦਾਵਣੀ ਵਾਲੇ ਸ਼ਬਦ ਵਿੱਚ ਜੋ ਕਿ ਸੋਲਠਕੀ ਵਾਰ ਵਿੱਚ ਦਰਜ ਹੈ, ਉਸ ਵਿੱਚ ਜਦ ਥਾਲ ਦੀ ਗੱਲ ਕੀਤੀ ਹੈ, ਉੱਥੇ ਥਾਲ ਦਾ ਅਰਥ ਬਣਦਾ ਹੈ ਹਿਰਦਾ ਰੂਪੀ ਥਾਲ, ਅਤੇ ਜਿਹੜਾ ਮੁੰਦਾਵਣੀ ਵਾਲਾ ਸ਼ਬਦ ਹੈ, ਉੱਥੇ ਥਾਲ ਦਾ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਦਾ ਹੈ। ਤੀਜੇ ਪਾਤਸ਼ਾਹ ਵਾਲੇ ਸਲੋਕ ਵਿੱਚ ਥਾਲੇ ਦਾ ਅਰਥ ਹਿਰਦਾ ਹੈ, ਕਿਉਂਕਿ ਉਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜੇ ਤਿਆਰ ਨਹੀਂ ਸੀ ਹੋਏ, ਜਿਸ ਕਰਕੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਦਾ ਭਾਵ ਨਹੀਂ ਹੋ ਸਕਦਾ। ਇੱਥੇ ਤੈ ਸ਼ਬਦ ਦਾ ਅਰਥ ਤਿੰਨ ਨਹੀਂ ਹੈ, ਅਤੇ ਨਾ ਹੀ ਇੱਥੇ ਤਿੰਨ ਵਸਤੂਆਂ ਦਾ ਜ਼ਿਕਰ ਹੈ। ਇੱਥੇ ਤਾਂ ਨਾਮ ਰੂਪੀ ਸਾਰ ਵਸਤੂ ਭਾਵ ਅੰਮ੍ਰਿਤ ਭੋਜਨ ਦਾ ਜ਼ਿਕਰ ਹੈ। ਥਾਲੇ ਵਿੱਚ ਤੈ ਵਸਤੂ ਪਈਓ ਦਾ ਅਰਥ ਇਹ ਨਹੀਂ ਕਿ ਇੱਥੇ ਤਿੰਨ ਵਸਤੂਆਂ ਪਈਆਂ ਹਨ, ਕਿਉਂਕਿ ਸ਼ਬਦ ਤੈ ਦਾ ਭਾਵ ਇੱਥੇ ਉਹ ਹੈ, ਅਤੇ ਇਸੇ ਤਿੱਤ ਦੇ ਜਵਾਬ ਵਿੱਚ ਅਗਲੀ ਪੰਕਤੀ ਵਿੱਚ ਜਿੱਤ ਆਇਆ ਹੈ। ਮੁਦਾਵਣੀ ਦਾ ਭਾਵ ਇੱਥੇ ਆਨੰਦ ਦੇਣ ਵਾਲੀ ਨਾਮ ਰੂਪੀ ਵਸਤੂ ਤੋਂ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਸ੍ਰੀ ਸੁਖਮਨੀ ਸਾਹਿਬ ਵਿੱਚ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਇਸ ਹਿਰਦੇ ਰੂਪੀ ਥਾਲ ਵਿੱਚ ਗੁਰੂ ਜੀ ਨੇ ਨਾਮ ਰੂਪੀ ਅੰਮ੍ਰਿਤ ਭੋਜਨ, ਜੋ ਕਿ ਖੁਸ਼ੀ ਆਨੰਦ ਦੇਣ ਵਾਲੀ ਵਸਤੂ ਹੈ, ਉਹ ਰੱਖੀ ਹੈ। ਸਦਾ ਹਿਰਦੇ ਵਿੱਚ ਨਾਮ ਜਪੀ ਜਾਣ ਨਾਲ ਇਹ ਮੁਦਾਵਣੀ ਗੁਰਸਿੱਖਾਂ ਨੇ ਭਾਲ ਕੇ ਲੱਦੀ ਹੈ, ਭਾਵ ਪ੍ਰਾਪਤ ਕਰ ਲਈ ਹੈ। ਜੋ ਨੌਨਿਧ ਅੰਮ੍ਰਿਤ ਨਾਮ ਹੈ ਹਿਰਦੇ ਵਿੱਚ, ਉਸਨੂੰ ਕਿਸ ਤਰ੍ਹਾਂ ਲੱਭਣਾ ਹੈ? ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਪ੍ਰਤੱਖ ਦੱਸ ਦਿੱਤਾ। ਗੁਰਸਿੱਖ ਨਾਮ ਜਪ ਕੇ ਮੁੱਖੋਂ ਰਾਹੀਂ ਜੋ ਅੰਦਰ ਹਿਰਦੇ ਵਿੱਚ ਨਾਮ ਹੈ ਉਸਨੂੰ ਪ੍ਰਗਟ ਕਰ ਲੈਂਦੇ ਹਨ, ਅਤੇ ਸਤਿਗੁਰੂ ਜੀ ਨੇ ਉਸ ਨਾਮ ਨੂੰ ਮੁਦਾਵਣੀ ਸੱਦਿਆ ਹੈ, ਭਾਵ ਕਿ ਉਹ ਅਤ ਖੁਸ਼ੀ ਦੇਣ ਵਾਲੀ ਵਸਤੂ ਹੈ। ਜੋ ਮੁੰਦਾਵਣੀ ਸ਼ਬਦ ਹੈ ਉਸਦਾ ਅਰਥ ਹੈ ਮੋਹਰ ਛਾਪ। ਤੁਸੀਂ ਆਪ ਸੁਣ ਸਕਦੇ ਹੋ ਕਿ ਸੰਤ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਨੇ ਵੀ ਆਪਦੀ ਕਥਾ ਵਿੱਚ ਇਹ ਫਰਮਾਇਆ ਹੈ ਕਿ ਮੁੰਦਾਵਣੀ ਦਾ ਅਰਥ ਹੈ ਮੋਹਰ ਛਾਪ। ਸੁਣੋ ਜੀ। ਹੁਣ ਮਹਾਰਾਜ ਸਾਹਿਬ ਅੱਗੇ ਮੁੰਦਾਵਣੀ ਲਿਖਦੇ ਹਨ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ। ਮੁੰਦਾਵਣੀ ਸਾਧ ਸੰਗਤ ਜੀ ਮੋਹਰ ਛਾਪ ਨੂੰ ਕਹਿੰਦੇ ਹਨ। ਜੇਕਰ ਮੁੰਦਾਵਣੀ ਦਾ ਅਰਥ ਇੱਥੇ ਬੁਝਾਰਤ ਕਰੀਏ ਤਾਂ ਮੁੰਦਾਵਣੀ ਮਹੱਲਾ ਪੰਜਵਾਂ ਦਾ ਕੀ ਅਰਥ ਬਣੇਗਾ? ਬੁਝਾਰਤ ਮਹੱਲਾ ਪੰਜਵਾਂ? ਜੇਕਰ ਇਹ ਪੌੜੀ ਸੋਲਠਕੀ ਵਾਰ ਵਾਲੀ ਕਥਿਤ ਬੁਝਾਰਤ ਦਾ ਜਵਾਬ ਹੁੰਦਾ ਤਾਂ ਇਸ ਦਾ ਨਾਮ ਮੁੰਦਾਵਣੀ ਨਹੀਂ ਸੀ ਹੋਣਾ, ਬਲਕਿ ਬੁਝਾਰਤ ਦਾ ਹੱਲ ਹੁੰਦਾ। ਮੁੰਦਾਵਣੀ ਸ਼ਬਦ ਇੱਕੋ ਵਾਰੀ ਗੁਰਬਾਣੀ ਵਿੱਚ ਆਇਆ ਹੈ ਅਤੇ ਸਿਰਲੇਖ ਵਿੱਚ ਹੀ ਆਇਆ ਹੈ। ਇਹ ਮੋਹਰ ਲਈ ਸ਼ਬਦ ਹੈ, ਜਿਸ ਤੋਂ ਭਾਵ ਹੈ ਕਿ ਇੱਥੇ ਬਾਣੀ ਹੁਣ ਮੁੰਦੀ ਗਈ। ਹੋਰ ਕਿਤੇ ਵੀ ਗੁਰਬਾਣੀ ਵਿੱਚ ਇੱਦਾਂ ਦਾ ਕੋਈ ਸ਼ਬਦ ਨਹੀਂ ਹੈ ਜਿਸ ਵਿੱਚ ਤੀਜੇ ਪਾਤਸ਼ਾਹ ਨੇ ਕੋਈ ਬੁਝਾਰਤ ਪਾਈ ਹੋਵੇ ਜੋ ਕਿ ਕਿਸੇ ਹੋਰ ਗੁਰੂ ਸਾਹਿਬ ਨੇ ਸੁਲਝਾਈ ਹੋਵੇ। ਜੇਕਰ ਆਪਾਂ ਮੰਨ ਵੀ ਲਈਏ ਕਿ ਤੀਜੇ ਪਾਤਸ਼ਾਹ ਨੇ ਬੁਝਾਰਤ ਪਾਈ ਸੀ, ਤਾਂ ਪੰਚਮ ਪਾਤਸ਼ਾਹ ਨੂੰ ਉਸ ਬੁਝਾਰਤ ਦਾ ਹੱਲ ਸੋਲਠਕੀ ਵਾਰ ਵਿੱਚ ਹੀ ਤੀਜੇ ਪਾਤਸ਼ਾਹ ਤੋਂ ਅਗਲੇ ਸਲੋਕ ਵਿੱਚ ਕਰਨਾ ਚਾਹੀਦਾ ਸੀ, ਜਿਵੇਂ ਕਿ ਭਗਤ ਫਰੀਦ ਜੀ ਦੇ ਸਲੋਕਾਂ ਅਤੇ ਟਿੱਪਣੀਆਂ ਉਹਨਾਂ ਸਲੋਕਾਂ ਦੇ ਨਾਲ ਹੀ ਦਰਜ ਹਨ। ਉੱਦਾਂ ਤਾਂ ਸਾਡੇ ਸੰਪਰਦਾਇਕ ਵੀਰ ਗੁਰਬਾਣੀ ਉਚਾਰਨ ਬਾਰੇ ਬਹੁਤ ਖਿਆਲ ਰੱਖਦੇ ਹਨ, ਪਰ ਇਸ ਮਸਲੇ ਵਿੱਚ ਮੁੰਦਾਵਣੀ ਅਤੇ ਮੁਦਾਵਣੀ ਸ਼ਬਦਾਂ ਨੂੰ ਰਲਗੱਡ ਕਰੀ ਜਾ ਰਹੇ ਹਨ, ਜੋ ਕਿ ਹੈਰਾਨੀ ਵਾਲੀ ਗੱਲ ਹੈ। ਮੁਦਾਵਣੀ ਅਤੇ ਮੁੰਦਾਵਣੀ ਦੇ ਅਲੱਗ ਅਲੱਗ ਅਰਥ ਹਨ ਅਤੇ ਇਹਨਾਂ ਨੂੰ ਰਲਾਉਣਾ ਬਹੁਤ ਗਲਤ ਗੱਲ ਹੈ। ਮੁੰਦਾਵਣੀ ਦਾ ਅਰਥ ਜੇਕਰ ਮੋਹਰ ਛਾਪ ਨਾ ਹੁੰਦਾ ਤਾਂ ਦਸਵੇਂ ਪਾਤਸ਼ਾਹ ਜੀ ਇਸ ਸੀਲ ਨੂੰ ਤੋੜ ਦਿੰਦੇ ਅਤੇ ਸਲੋਕ ਮਾਲਾ ਨੌਵਾਂ ਬਾਅਦ ਵਿੱਚ ਦਰਜ ਕਰ ਦਿੰਦੇ, ਪਰ ਉਹਨਾਂ ਨੇ ਮੁੰਦਾਵਣੀ ਦੇ ਅੰਦਰ ਰਹਿ ਕੇ ਹੀ ਬਾਣੀ ਦਰਜ ਕੀਤੀ, ਜਿਸ ਦਾ ਭਾਵ ਹੈ ਕਿ ਇਸ ਸ਼ਬਦ ਦਾ ਭਾਵ ਬਾਣੀ ਮੁੰਦਣਾ ਹੈ ਅਤੇ ਨਾ ਕਿ ਬੁਝਾਰਤ। ਕਈ ਵਾਰ ਟਿੱਪੀ ਨਾਲ ਅਰਥਾਂ ਵਿੱਚ ਬਹੁਤ ਫਰਕ ਪੈ ਜਾਂਦਾ ਹੈ, ਜਿਵੇਂ ਕਿ ਰੰਗ ਦਾ ਭਾਵ ਕਲਰ ਹੈ ਅਤੇ ਰੱਗ ਦਾ ਭਾਵ ਨਾੜੀ ਹੁੰਦਾ ਹੈ।
ਡੰਗ ਦਾ ਭਾਵ ਹੈਰਾਨ ਹੋਣਾ ਹੈ ਅਤੇ ਦਗ ਦਗ ਦਾ ਭਾਵ ਚਮਕਣਾ ਜਾਂ ਰੋਸ਼ਨ ਦਾ ਹੁੰਦਾ ਹੈ। ਸੰਗ ਦਾ ਭਾਵ ਸੰਗਣਾ ਹੁੰਦਾ ਹੈ ਅਤੇ ਸੱਗ ਦਾ ਭਾਵ ਕੁੱਤਾ ਹੁੰਦਾ ਹੈ। ਹੋਰ ਇਦਾਂ ਦੇ ਬੇਅੰਤ ਸ਼ਬਦ ਹਨ ਜਿਨ੍ਹਾਂ ਵਿੱਚ ਇੱਕ ਟਿੱਪੀ ਨਾਲ ਅਰਥ ਬਹੁਤ ਬਦਲ ਜਾਂਦਾ ਹੈ। ਰਹੀ ਗੱਲ ਤੇਰਾ ਕੀਤਾ ਜਾਤੋ ਨਾਹੀਂ ਵਾਲੇ ਸਲੋਕ ਦੀ ਕਿ ਇਹ ਮੁੰਦਾਵਣੀ ਤੋਂ ਬਾਅਦ ਕਿਉਂ ਹੈ, ਤਾਂ ਇਸ ਦਾ ਉੱਤਰ ਹੈ ਕਿ ਮੁੰਦਾਵਣੀ ਪੌੜੀ ਰੂਪ ਹੈ ਅਤੇ ਇਹ ਸਲੋਕ ਇਸ ਪੌੜੀ ਦਾ ਹੀ ਅੰਗ ਹੈ, ਜਿਵੇਂ ਕਿ ਵਾਰਾਂ ਵਿੱਚ ਅਤੇ ਬਾਵਨ ਅੱਖਰੀ ਅਤੇ ਸੁਖਮਨੀ ਸਾਹਿਬ ਆਦਿ ਬਾਣੀਆਂ ਵਿੱਚ ਪੌੜੀਆਂ ਨਾਲ ਸਲੋਕ ਦਰਜ ਹਨ ਅਤੇ ਇਹ ਸਲੋਕ ਅਸ਼ਟਪਦੀ ਜਾਂ ਪੌੜੀ ਨਾਲ ਹੀ ਸੰਬੰਧਿਤ ਹੋਣ ਕਰਕੇ ਉਸ ਦਾ ਹੀ ਅੰਗ ਹੁੰਦੇ ਹਨ। ਸੋ ਇਹ ਸਲੋਕ ਮੁੰਦਾਵਣੀ ਨਾਲ ਵਾਲੀ ਪੌੜੀ ਦਾ ਹੀ ਹਿੱਸਾ ਹੈ। ਇਹ ਕਹਿਣਾ ਕਿ ਜੇ ਮੁੰਦਾਵਣੀ ਮੋਹਰ ਛਾਪ ਹੁੰਦਾ ਤਾਂ ਉੱਥੇ ਹੀ ਗੁਰੂ ਸਾਹਿਬ ਰੋਕ ਲੈਂਦੇ, ਇਹ ਹਾਸੋਹੀਣੀ ਵਾਲੀ ਗੱਲ ਹੈ, ਕਿਉਂਕਿ ਫਿਰ ਤਾਂ ਮੁੰਦਾਵਣੀ ਮਹੱਲਾ ਪੰਜਵਾਂ ਕਹਿ ਕੇ ਹੀ ਗੁਰੂ ਸਾਹਿਬ ਨੇ ਭੋਗ ਪਾ ਦੇਣਾ ਸੀ। ਜਦ ਕਿ ਉਸ ਤੋਂ ਬਾਅਦ 'ਚ ਇਹ ਪੌੜੀ ਪੂਰੀ ਉਚਾਰੀ ਹੈ ਤਾਂ ਨਾਲ ਸਲੋਕ ਹੋਣ ਦੀ ਕੋਈ ਵੱਡੀ ਗੱਲ ਨਹੀਂ। ਅਸੀਂ ਫਿਰ ਸੰਪਰਦਾਇਕ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਖੰਡਕੀ ਦੇ ਜਥੇ ਦੇ ਗੁਰਸਿੱਖਾਂ ਦੀ ਵਿਰੋਧਤਾ ਸਦੀਆਂ ਪੁਰਾਣੇ ਰਾਗਮਲਾਂ ਵਰਗੇ ਮਸਲੇ ਖੜ੍ਹੇ ਕਰਕੇ ਨਾ ਕਰਨ। ਸਾਰੀਆਂ ਪੰਥਕ ਜਥੇਬੰਦੀਆਂ ਨੂੰ ਇਸ ਵਕਤ ਇਕੱਠੇ ਹੋਣ ਦੀ ਲੋੜ ਹੈ, ਨਾ ਕਿ ਆਪਸ ਵਿੱਚ ਬੁਲੇੜੇ ਮਸਲੇ ਖੜ੍ਹੇ ਕਰਕੇ ਲੜਨ ਦੀ। ਦੇਖੋ, ਭਾਵੇਂ ਪ੍ਰਾਤਨ ਗੁਰਸਿੱਖਾਂ ਦੇ ਵਿਚਾਰਾਂ ਵਿੱਚ ਫਰਕ ਸੀ, ਹਲੇ ਵੀ ਉਹ ਆਪਸ ਵਿੱਚ ਪਿਆਰ ਬਹੁਤ ਜ਼ਿਆਦਾ ਕਰਦੇ ਸੀ। ਤੁਸੀਂ ਦੇਖ ਸਕਦੇ ਹੋ ਕਿ ਸੰਤ ਗੁਰਬਚਨ ਸਿੰਘ ਜੀ ਨੇ ਪੈਸੇ ਭਾਈ ਧੀਰ ਸਿੰਘ ਵਾਸਤੇ ਕਿੱਦਾਂ ਦੀ ਸ਼ਬਦਾਵਲੀ ਵਰਤੀ ਹੈ। ਗੁਰਮਤਿ ਪ੍ਰਕਾਸ਼ ਵਿੱਚ ਬਹੁਤ ਜ਼ਿਆਦਾ ਸਤਿਕਾਰ ਨਾਲ ਭਾਈ ਸਾਹਿਬ ਨੂੰ ਉਹਨਾਂ ਨੇ ਸੰਬੋਧਨ ਕੀਤਾ। ਸੰਤ ਕਰਤਾਰ ਸਿੰਘ ਜੀ ਵੀ ਮਹਿਤੇ ਜਦੋਂ ਵੀ ਰੈਣ ਸਫਾਈ ਕਰਦੇ ਸੀ, ਉਹਨਾਂ ਨੇ ਹਮੇਸ਼ਾ ਅਖੰਡ ਕੇ ਜਥੇ ਦੇ ਸਿੰਘਾਂ ਨੂੰ ਸੱਦਣਾ। ਉਹ ਕਦੇ ਇਹ ਨਹੀਂ ਸੀ ਵਿਚਾਰ ਕਰਦੇ ਕਿ ਇਹ ਸਿੰਘ ਰਾਗਵਾਨ ਨਹੀਂ ਪੜ੍ਹਦੇ ਅਤੇ ਉਹਨਾਂ ਨੂੰ ਨਾ ਸੱਦੀਏ। ਜਦੋਂ ਨਰਕਧਾਰੀਆਂ ਨਾਲ ਮੁਕਾਬਲਾ ਕਰਨਾ ਸੀ, ਉਦੋਂ ਟਕਸਾਲ ਦੇ ਸਿੰਘ ਅਤੇ ਜਥੇ ਦੇ ਸਿੰਘ, ਭਾਈ ਫੌਜਾ ਸਿੰਘ ਦੇ ਨਾਲ ਦੇ ਸਿੰਘ, ਉਹ ਇਕੱਠੇ ਗਏ। ਉਹਨਾਂ ਨੇ ਇਹ ਨਹੀਂ ਵਿਚਾਰ ਕੀਤੀ ਕਿ ਆਪਾਂ ਰਾਗਵਾਲਾ ਪੜ੍ਹਦੇ ਨਹੀਂ ਪੜ੍ਹਦੇ। ਜਦੋਂ ਸ਼ਹੀਦੀ ਪਾਉਣੀ ਸੀ ਉਦੋਂ ਤਾਂ ਇਕੱਠੇ ਸੀ, ਉਦੋਂ ਕਿਹੜਾ ਪੁੱਛਿਆ ਵੀ ਭਾਈ ਤੂੰ ਰਾਗਵਾਲਾ ਪੜ੍ਹਦਾ ਤਾਂ ਮੇਰੇ ਨਾਲ ਖੜੀ ਸ਼ਹੀਦੀ ਪਾਉਣ ਵਾਸਤੇ। ਤਾਂ ਆਪਾਂ ਕਿਉਂ ਪੁੱਛਦੇ ਹਾਂ, ਆਪਾਂ ਕਿਉਂ ਇਹ ਵਿਚਾਰ ਕਰਦੇ ਹਾਂ ਕਿ ਕੋਈ ਰਾਗਵਾਲਾ ਪੜ੍ਹਦਾ ਨਹੀਂ ਪੜ੍ਹਦਾ, ਜਿਹੜਾ ਪੜ੍ਹਦਾ ਉਹਨੂੰ ਪੜ੍ਹੀ ਜਾਣ ਦਿਉ, ਜੇ ਨਹੀਂ ਪੜ੍ਹਦਾ ਉਹ ਨਾ ਪੜ੍ਹੇ। ਆਪਾਂ ਉਸ 'ਚ ਪਿਆਰ ਕਰੀਏ। ਰਾਗਮਾਲਾ ਵਰਗੇ ਗੰਭੀਰ ਮਸਲਿਆਂ ਨੂੰ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਹੱਲ ਕਰ ਸਕੇ। ਆਪਾਂ ਕੀ ਸਮਝਦੇ ਹਾਂ ਕਿ ਦੋ ਤਿੰਨ ਵੀਡੀਓਆਂ ਕੱਢ ਕੇ ਮਸਲਾ ਹੱਲ ਹੋਜੂ? ਦੇਖੋ, ਵੱਡੇ ਵੱਡੇ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ, ਡਾਕਟਰ ਬਲਵੀਰ ਸਿੰਘ, ਉਹ ਰਾਗਮਾਲਾ ਦੇ ਹੱਕ ਵਿੱਚ, ਦੂਜੇ ਪਾਸੇ ਭਾਈ ਕਾਹਨ ਸਿੰਘ ਨਾਭਾ, ਪੰਡਿਤ ਕਰਤਾਰ ਸਿੰਘ ਦਾਖਾਂ, ਭਾਈ ਸਾਹਿਬ ਭਾਈ ਰਣਧੀਰ ਸਿੰਘ ਵਰਗੇ ਗੁਰਮੁੱਖ ਉਹਦੇ ਉਲਟ। ਹੁਣ ਅਸੀਂ ਕੀ ਸਮਝਦੇ ਹਾਂ ਕਿ ਆਪਾਂ ਦੋ ਤਿੰਨ ਵੀਡੀਓ ਕੱਢ ਕੇ ਆਹ ਕਿੰਨੇ ਸੌ ਸਾਲਾਂ ਪੁਰਾਣਾ ਮਸਲਾ ਹੱਲ ਕਰ ਦਾਂਗੇ? ਕਦੇ ਨਹੀਂ ਹੋ ਸਕਦਾ। ਅਖੀਰ ਵਿੱਚ ਬੇਨਤੀ ਇਹੀ ਹੈ, ਜਿਸ ਤਰ੍ਹਾਂ ਸਾਡੇ ਵੀਰ ਨੇ ਗੁਰਬਾਣੀ ਪੰਕਤੀ ਬੋਲੀ ਸੀ, ਦੁਬਦਾ ਦੂਰ ਕਰੋ ਲਿਵ ਲਾਏ, ਉਸੇ ਤਰ੍ਹਾਂ ਆਪਾਂ ਵੀ ਇਕੱਠੇ ਬੈਠ ਕੇ ਲਿਵ ਲਾ ਕੇ ਕੀਰਤਨ ਵਿੱਚ, ਅਖੰਡ ਪਾਠਾਂ ਵਿੱਚ ਪਿਆਰ ਵਧਾਈਏ ਆਪਦਾ। ਤਦ ਸਰ ਇਹ ਹੈ ਕਿ ਮੁਦਾਵਣੀ ਅਤੇ ਮੁੰਦਾਵਣੀ ਦੇ ਅਰਥ ਅਲੱਗ ਅਲੱਗ ਹਨ, ਇਹਨਾਂ ਨੂੰ ਰਲਾਉਣਾ ਗਲਤ ਹੈ। ਅਸੀਂ ਸਾਡੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਦੁਬਦਾ ਦੂਰ ਕਰੀਏ, ਜਿੱਦਾਂ ਗੁਰੂ ਸਾਹਿਬ ਨੇ ਕਿਹਾ, ਹਰ ਨਾਮੇ ਕੇ ਹੋਵੋ ਜੋੜੀ, ਇਕੱਠੇ ਬੈਠ ਕੇ ਆਪਾਂ ਕੀਰਤਨ ਦਾ ਆਨੰਦ ਮਾਣੀਏ ਅਤੇ ਇੱਦਾਂ ਦੇ ਗੰਭੀਰ ਮਸਲਿਆਂ ਨੂੰ ਨਾ ਛੇੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।